PS ਦੀ ਨੰਬਰ 1 ਨਿਊਜ਼ ਟੀਵੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਤੁਸੀਂ ਦੇਖ ਸਕਦੇ ਹੋ ਕਿ ਕਲਯੁਗ ਦਾ ਅਜਿਹਾ ਸਮਾਂ ਆ ਗਿਆ ਹੈ ਕਿ ਪੁੱਤ ਜਾਇਦਾਦ ਦੇ ਮਗਰ ਲੱਗ ਕੇ ਆਪਣੇ ਮਾਂ ਪਿਓ ਨੂੰ ਇਕੱਲਾ ਛੱਡ ਦਿੰਦੇ ਨੇ। ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ, ਇਹ ਬਜ਼ੁਰਗ ਮਾਂ ਜੋ ਆਪਣੇ ਪੁੱਤ ਨੂੰ ਬੜੇ ਲਾਡਾਂ ਪਿਆਰਾਂ ਨਾਲ ਪਾਲ ਕੇ ਇੰਨਾ ਵੱਡਾ ਕਰਦੀ ਹੈ, ਅਤੇ ਉਹੀ ਪੁੱਤ ਮਾਂ ਪਿਓ ਨੂੰ ਦਰ ਦਰ ਠੋਕਰਾਂ ਖਾਣ ਲਈ ਮਜਬੂਰ ਕਰ ਦਿੰਦੇ ਆ। ਤਾਂ ਇਹ ਬਜ਼ੁਰਗ ਔਰਤ ਪਿੰਡ ਨਾਥਪੁਰ ਕਾਦੀਆਂ ਦੀ ਹੈ। ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ, ਅਤੇ ਸੁਣੋ ਜ਼ੁਬਾਨੀ ਵੀ ਕਿਸ ਤਰ੍ਹਾਂ ਇਹ ਮਾਂ ਆਪਣੇ ਦੁੱਖ ਲੈ ਕੇ ਰੋ ਰਹੀ ਹੈ। PS ਦੀ ਨੰਬਰ 1 ਨਿਊਜ਼ ਟੀਵੀ ਤੋਂ ਕਾਦੀਆਂ ਕੁਲਵਿੰਦਰ ਸਿੰਘ ਪਾਟੀਆ ਦੀ ਖਾਸ ਰਿਪੋਰਟ। ਜਾਨੀਆਂ ਦੇ ਆ ਉਹ ਚਿੰਗਾਰੇ ਵੈਰ ਪੈ ਜਾਂਦੇ ਆ, ਜੇ ਮੈਨੂੰ ਪਿੰਡੋਂ ਕੋਈ ਔਰ ਸਾਥ ਮੇਰਾ ਦਿੱਤਾ ਵਾ ਤੇ ਉਹਨਾਂ ਨੂੰ ਆਉਂਦੇ ਅਸੀਂ ਮਾਰ ਦੇਣਾ ਵਾ। ਉਹ ਮੈਨੂੰ ਦੁੱਧ ਪਜਾਉਣੇ ਆਉਂਦੇ ਆ, ਚਾਰ ਕਿੱਲੇ ਹਾਂ ਧੱਕੇ ਨਾਲ ਕਰਾ ਦੇਣਾ ਪੈ। ਔਰ ਮਰਦਾ ਮਰਦਾ ਲੱਖ ਰੁਪਏ ਦੀ ਬੰਬੀ ਲਵਾ ਕੇ ਦੇ ਗਿਆ, ਲੱਖ ਰੁਪਏ ਦੀ ਬੰਬੀ ਮੋਇਆ ਮੋਇਆ। ਜਿਹੜਾ ਆਂਦਾ ਸਾਡੀ ਮਾਂ ਨੀ, ਮੈਂ ਆਂਦੀ ਤੇਰੀ ਬਿਮਾਰੀ ਤੇ ਮੈਂ ਲਾਉਣ ਡਈ, ਮੈਂ ਕਿੱਥੋਂ ਲਾਵਾਂ। ਮੇਰਾ ਬੰਦਾ ਏਡਾ ਭੂਆ ਤੇ ਸਾਰੇ ਪਿੰਡ ਚ ਚਾਹਾਂ ਪਿੰਡਾਂ ਚ ਉਹਦੀ ਕੋਈ ਸੋਭਤ ਲੈ ਲੇ। ਉਹੋ ਹੋਈ ਰੇਹੜੀ ਵਾਹ ਵਾਹ ਕੇ ਇਹਨਾਂ ਨੂੰ ਪਾਇਆ ਪੜਾਇਆ। ਉਹੋ ਹੋਈ ਉਹ ਟੂਟੀਆਂ ਤੇ ਲੋਕਾਂ ਦਾ ਗੋਹਾ ਸੁੱਟ ਸੁੱਟ ਪੈ ਗਿਆ। ਕੀ ਨਾਂ ਸੀ ਤੁਹਾਡੇ ਬੇਟਿਆਂ ਦਾ? ਜਿਹੜੀ ਬੇਟਿਆਂ ਦਾ ਬੇਟਿਆਂ ਦਾ ਤੁਹਾਡੇ ਬੇਟੇ ਦੋਨਾਂ ਦਾ ਨਾਂ? ਆਪਣਾ ਮਲਵਿੰਦਰ ਸਿੰਘ ਤੇ ਰਾਜ ਕਮਲ। ਸਰਕਾਰੀ ਨੌਕਰੀ ਕਰਦਾ ਮਾਸਟਰ ਤੇ ਅਕੈਡਮੀ ਬਣਾਈ ਜੋਗੀ ਚੀ ਨੇ। ਪੜ੍ਹੇ ਲਿਖੇ ਹੁੰਦੇ ਤੁਹਾਡੀ ਸੇਵਾ ਨੀ ਕਰਦੇ? ਨਾ 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 ਕੋਈ ਨੀ, ਮਾਰਨ ਪੈਂਦੇ ਹੀ ਸਭ ਦੱਬਕੇ ਲਾ ਲੈ ਆਂਦੇ, ਸਮਾਨ ਚੁੱਕ ਲਾ ਇਥੋਂ ਸਮਾਨ ਚੁੱਕ ਲਾ। ਮੈਂ ਕਿਹਾ ਮੈਨੂੰ ਸਰਕਾਰ ਜਿੱਥੇ ਮਰਜ਼ੀ ਮੇਰਾ ਸਮਾਨ, ਮੈਂ ਸਰਪੰਚ ਨੂੰ ਆਖਿਆ ਸਰਪੰਚਾ ਮੇਰਾ ਸਮਾਨ ਜਿੱਥੇ ਚੁੱਕ ਕੇ ਰੱਖਣਾ ਰੱਖ ਜਾਓ, ਮੈਨੂੰ ਉੱਥੇ ਛੱਡ ਕੇ ਬਿਠਾ ਦੋਗੇ ਨਾ ਤੇ ਮੈਂ ਛੱਡ ਕੇ ਬਹਿ ਜੂੰਗੀ। ਪਰ ਧੀਆਂ ਮੇਰੀਆਂ ਨੇ ਇਹ ਗੱਲ ਆਖਿਆ ਕਿ ਮਹਾਰਾਜ ਜੇ ਮਰੇਗੀ ਤੇ ਤੈਨੂੰ ਮੋਈ ਨੂੰ ਅਸੀਂ ਫੂਕਣ ਨਹੀਂ ਆਉਣਾ, ਸਾਡੇ ਕੋਲ ਮਰੇਗੀ ਤੇ ਅਸੀਂ ਜ਼ਰੂਰ ਆਵਾਂਗੇ, ਪਰ ਜੇ ਮੇਰੀਆਂ ਧੀਆਂ ਖਾਡੀਆਂ ਤੇ ਮਗਰ ਮੇਰੀਆਂ ਧੀਆਂ ਦੇ ਪੁਲਿਸ ਕਲਾਉਂਦੇ ਆ, ਕੌਣ ਮੈਨੂੰ ਸਾਂਭੇ? ਲੱਖ ਰੁਪਇਆ ਉਸ ਪੈਲੀ ਚ ਠੇਕਾ ਲੈ ਕੇ ਜਾਂਦੀ ਸੀ, ਉਸ ਪੈਸੇ ਦਾ ਸਾਨੂੰ ਨੀ ਪਤਾ ਕਿ ਅੱਜ ਤੱਕ ਉਹ ਕਿੱਥੇ ਗਿਆ। ਪਿਛਲੇ ਸਾਲ ਬਾਪੂ ਮਰਨ ਤੋਂ ਬਾਅਦ ਜਿਹੜੀ ਆ ਕੇ ਪੈਲੀ ਮੇਰੇ ਕੋਲ ਤਿਹਾਰ ਨਹੀਂ ਸੀ, ਮੈਂ ਤਾਂ ਹੁਣ ਗਿਆ ਉੱਥੇ, ਹੁਣ ਜਾ ਕੇ ਮੈਂ ਪਾਣੀ ਬੀਜਣ ਲੱਗਾ ਤੇ ਮੈਨੂੰ ਕਹਿੰਦੇ ਤੇਰੀਆਂ ਲੱਤਾਂ ਤੋੜ ਦੇਣੀਆਂ ਜੇ ਤੂੰ ਇੱਥੇ ਪਾਣੀ ਬੀਜਣ ਆਇਆ, ਜਾਂ ਅਸੀਂ ਜਿਹੜਾ ਕਿ ਮੀਡੀਆ ਛੱਡ ਕੇ ਤੇ ਅਸੀਂ ਤੁਹਾਡੀ ਜਿਹੜੀ ਬੇਇੱਜ਼ਤੀ ਕਰਨੀ ਅਸੀਂ ਤੁਹਾਨੂੰ ਇੱਥੇ ਵੜ ਨਹੀਂ ਦੇਣਾ, ਨਹੀਂ ਤੇ ਮੈਨੂੰ ਪੈਸੇ ਦਿਓ। ਮਾਤਾ ਨੇ ਤੁਹਾਡੇ ਕਲੇਮ ਲਾਇਆ ਵਾ ਕਿ ਤੁਸੀਂ ਧੋਖੇ ਨਾ ਪੈਣੇ ਆਪਣੇ ਨਾਲ, ਧੋਖੇ ਨਾਲ ਸਾਡੇ ਬਜ਼ੁਰਗਾਂ ਨੇ ਸਾਡੇ ਬਾਪੂ ਨੇ ਪੈਲੀ ਸਾਡੇ ਨਾਲ ਲਾਈ, ਹੋਸ਼ੋ ਹਵਾਸ ਦੇ ਵਿੱਚ ਉਹ ਤੁਰ ਕੇ ਗਏ, ਉਸ ਜਾਣ ਤੇ ਲੰਬੜਦਾਰ ਉੱਥੇ ਗਏ ਆ, ਲੰਬੜਦਾਰ ਨਾਲ ਗਿਆ, ਦੋ ਗਵਾਹ ਗਏ ਆ, ਉਹ ਗਵਾਹ ਦੋਵੇਂ ਹੀ ਇੱਕ ਸਾਡੇ ਮਾਮੇ ਦਾ ਜਵਾਈ ਆ, ਇੱਕ ਸਾਡੇ ਮਾਸੀ ਦਾ ਜਵਾਈ ਆ, ਜਿਹੜਾ ਉਹ ਗਵਾਹ ਗਿਆ ਉੱਥੇ, ਉਹਦੇ ਤੋਂ ਬਾਅਦ ਦੋ ਗਵਾਹ ਸ਼ਹਿਰ ਤੇ ਗਏ ਆ, ਉਹਨਾਂ ਗਵਾਹੀ ਜਾ ਕੇ ਹੋਸ਼ੋ ਹਵਾਸ ਦੇ ਵਿੱਚ ਤਹਿਸੀਲਦਾਰ ਨੇ ਪੁੱਛ ਕੇ ਵੀ ਬਾਪੂ ਤੂੰ ਲਾਉਣ ਲੱਗਾ ਸੋਚ ਲਾ, ਉਹਨੇ ਕਿਹਾ ਵੀ ਇਹਨਾਂ ਦੀ ਪੈਲੀ ਮੈਂ ਇਹਨਾਂ ਨੂੰ ਦੇਣੀ ਆ। ਤੁਹਾਡੀਆਂ ਭੈਣਾਂ ਆਈਆਂ ਸੀ ਉੱਥੇ? ਭੈਣਾਂ ਨਹੀਂ ਉੱਥੇ ਆਈਆਂ। ਉਹ ਕਿਉਂ? ਉਹ ਇਹਨਾਂ ਦੀ ਇਹ ਸਿਰਫ ਪੈਸੇ ਖਾਣ ਵੱਲ ਸੀਗਾ ਧਿਆਨ ਇਹਨਾਂ ਦਾ, ਜਿਹੜੀ ਪੈਲੀ ਵੇਚੀ ਆ ਉਹਦਾ ਸਾਨੂੰ ਇਹ ਪਤਾ ਲੱਗਾ, ਜਿਹੜਾ ਉਹ ਖਰੀਦਦਾਰ ਸੀ ਖਰੀਦਦਾਰ ਤੋਂ ਪੁੱਛਿਆ ਵੀ ਉਹ ਪੈਲੀ ਵੇਚ ਕੇ ਪੈਸੇ ਕਿਹਨੂੰ ਦਿੱਤੇ, ਤੇ ਉਹਨੇ ਕਿਹਾ ਕਿ ਤੁਹਾਡਾ ਜਵਾਈ ਪੈਸੇ ਲੈ ਕੇ ਗਿਆ, ਤੁਹਾਡੇ ਬਾਪੂ ਨੇ ਸਾਡੇ ਕੋਲ ਪੈਸੇ ਨਹੀਂ ਲਏ, ਉਹ ਕਹਿੰਦਾ ਇਹਨੂੰ ਦੇ ਦਿਓ ਅਸੀਂ ਇਹਨੂੰ ਦੇ ਰਹੇ ਹਾਂ, ਉਹ ਪੈਸੇ ਲੈ ਕੇ ਉੱਥੇ ਚਲ ਗਏ। ਉਹਦੇ ਤੋਂ ਬਾਅਦ ਪਿਛਲੇ ਸਾਲ ਕਣਕ ਵੱਢਣ ਤੋਂ ਬਾਅਦ 50,000 ਰੁਪਇਆ ਨਗਦ ਮੇਰੇ ਛੋਟੇ ਭਰਾ ਨੇ, ਕਿਉਂਕਿ ਉਹ ਪੈਲੀ ਪਾਉਂਦਾ ਸੀ, ਮੈਂ 31 ਸਾਲ ਤੋਂ ਇੱਕ ਮੁੱਠ ਦਾਣੇ ਜਾਂ ਇੱਕ ਮੁੱਠ ਆਟਾ ਮੈਨੂੰ ਨਹੀਂ ਦਿੱਤਾ, ਨਾ ਮੈਨੂੰ ਨਾ ਘਰ ਵੜਨ ਦਿੱਤਾ, ਉਹਨੇ 50,000 ਰੁਪਇਆ ਇਹਨੂੰ ਨਗਦ ਦਿੱਤਾ। ਅਗਲੇ ਦਿਨ ਮੈਨੂੰ ਕਹਿੰਦੀ ਮੈਂ ਕਾਦੀਆਂ ਤੋਂ ਦਵਾਈ ਲੈ ਕੇ ਲੈਣ ਜਾਣੀ ਆ, ਮੈਂ ਗੱਡੀ ਲੈ ਕੇ ਗਿਆ, ਕਾਦੀ ਦਵਾਈ ਲੈਣ ਦੀ ਬਜਾਏ ਓਰੀਐਂਟਲ ਬੈਂਕ ਦੇ ਵਿੱਚੋਂ 7,000 ਰੁਪਇਆ ਹੋਰ ਨਗਦ ਕਢਾਇਆ, ਉਹ ਨਗਦ ਕਢਾ ਕੇ ਇਹਨੂੰ ਦੇ ਦਿੱਤਾ, ਉਹ 57,000 ਰੁਪਇਆ
ਤੇ 1500 ਰੁਪਿਆ ਇੱਕ ਉਹਨੇ ਹਫ਼ਤਾ ਪਹਿਲਾਂ ਦਿੱਤਾ ਛੋਟੇ ਭਰਾ ਨੇ ਉਹਨੇ ਦਿੱਤਾ ਇਹ 60,000 ਰੁਪਏ ਦਾ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਕਿੱਥੇ ਆ ਹੁਣ ਇਹਨੇ ਕਿਹਾ ਕਿ ਮੈਨੂੰ ਖਰਚਾ ਦਿਓ ਮੈਂ ਕਿਹਾ ਮਾਤਾ ਤੈਨੂੰ ਰੋਟੀ ਦਿੰਦੇ ਆ ਤੂੰ ਰੋਟੀ ਖਾ ਤੈਨੂੰ ਦਵਾਈ ਚਾਹੀਦੀ ਲੋੜ ਆ ਤੈਨੂੰ ਦਵਾਈ ਦਿੰਦੇ ਆ ਕਹਿੰਦੀ ਮੈਨੂੰ ਦਵਾਈ ਨਹੀਂ ਚਾਹੀਦੀ ਰੋਟੀ ਨਹੀਂ ਚਾਹੀਦੀ ਮੈਨੂੰ ਸਿਰਫ ਪੈਸੇ ਚਾਹੀਦੇ 50,000 ਰੁਪਇਆ ਚਾਹੀਦਾ ਪੂਰੀ ਪੈਲੀ ਜਿਹੜੀ ਪਿੰਡ ਦੇ ਵਿੱਚ ਆ ਉਹਦਾ 1,00,000 ਰੁਪਇਆ ਠੇਕਾ ਨਹੀਂ ਕੋਈ ਦੇਣ ਨੂੰ ਤਿਆਰ ਜਿੰਨੀ ਟੋਟਲ ਤਾਲੀ ਆ ਜ਼ਮੀਨ 'ਚ ਜਿਹਦੇ 'ਚ ਅਸੀਂ ਦੋ ਭਰਾ ਵਾਂ ਦੋਵਾਂ ਦੇ ਗਾੜੀ ਸਾਡੇ ਜੀ ਆ ਦੋਵਾਂ ਦੇ ਬੱਚੇ ਆ ਇਹ ਕਹਿੰਦੀ ਆ ਮੈਨੂੰ 50,000 ਰੁਪਇਆ ਉਹਦੇ 'ਚੋਂ ਦੇ ਦਿਓ 50,000 ਰੁਪਇਆ ਉਸ 1,00,000 ਠੇਕੇ 'ਚੋਂ ਇਹਨੂੰ ਦੇ ਕੇ 25,000 ਰੁਪਈਏ 'ਚ ਅਸੀਂ ਟੱਬਰ ਦਾ ਗੁਜ਼ਾਰਾ ਕਰੀਏ ਅਤੇ 50,000 ਰੁਪਇਆ ਇਕੱਲੀ ਲਾ ਲਵੇ ਇਹ ਕਿੱਧਰ ਦੀ ਇੱਕ ਜਿਹੜੀ ਆ ਕੇ ਸਿਆਣਪ ਆ ਇਹਦੇ ਨਾਲ ਤੇ ਫਿਰ ਉਹ ਸਾਰੇ ਖਾਲੇ ਹਨ ਪਹਿਲਾਂ ਇਹ ਦੱਸਿਆ ਜਾਏ ਕਿ ਉਹ ਜਿਹੜਾ 3,30,000 ਰੁਪਏ ਸੀ ਉਹ ਕਿੱਥੇ ਆ 10 ਸਾਲਾਂ ਦਾ ਵਿਦ ਇੰਟਰਸਟ ਦੱਸਿਆ Subscribe to my channel and also press this bell icon.